ਜੀ ਕੀ ਹਾਲ ਨੇ ਤੁਹਾਡੇ ਸਾਰਿਆਂ ਦੇ ਹੋਪ ਸਾਰੇ ਠੀਕ ਹੋਣਗੇ ਤੇ ਅੱਜ ਆਪਾਂ ਛੋਟੀ ਜੀ ਤੁਹਾਡੇ ਨਾਲ ਡਿਸਕਸ ਕਰਨੀ ਸੀ ਕੀ ਗੱਲ ਹੁਣ ਤੱਕ ਮੈਨੂੰ ਜਿੰਨਾ ਵੀ ਪਿਆਰ ਮਿਲਿਆ ਉਹਦੇ ਲਈ ਦਿਲੋਂ ਧੰਨਵਾਦ ਤੇ ਐਦਾਂ ਹੀ ਵੀਰੇ ਪਿਆਰ ਬਣਾਈ ਰੱਖਿਓ ਤੁਹਾਡੇ ਪਿਆਰ ਤੇ ਸਪੋਰਟ ਦੀ ਵੀਰੇ ਬਹੁਤ ਜ਼ਿਆਦਾ ਲੋੜ ਹੈ ਹੁਣ ਤੱਕ ਇੱਥੇ ਤੱਕ ਜਿੱਥੇ ਤੱਕ ਵੀ ਮੈਂ ਪਹੁੰਚਿਆ ਵੀਰੇ ਤੁਹਾਡੇ ਪਿਆਰ ਤੁਹਾਡੀ ਸਪੋਰਟ ਕਰਕੇ ਹੀ ਪਹੁੰਚਿਆ ਵੀਰੇ ਜ਼ੀਰੋ ਤੋਂ ਸਟਾਰਟ ਕੀਤਾ ਸੀਗਾ ਕਿਰਪਾ ਮਾਲਕ ਦੀ ਹੱਥੋਂ ਤੱਕ ਆ ਗਏ ਆਂ ਤੇ ਆਪਾਂ ਵੀਰੇ ਇੰਤਾ ਹੀ ਕੈਰੀ ਆਨ ਰੱਖਣਾ ਸੋ ਇਦਾਂ ਹੀ ਤੁਸੀਂ ਮੇਰੇ ਵਲੌਗ ਨੂੰ ਪਿਆਰ ਦਿੰਦੇ ਰਹੋ ਸਪੋਰਟ ਦਿੰਦੇ ਰਹੋ ਪਿਆਰ ਕਰਦੇ ਰਹੋ ਤੁਹਾਨੂੰ ਜੇ ਵਲੌਗ ਵਧੀਆ ਲੱਗਦੇ ਨੇ ਤਾਂ ਵੀਰੇ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਜਰੂਰ ਦੱਸਿਆ ਜੇ ਪਸੰਦ ਕਰਨ ਵਾਲੇ ਵੀ ਬਥੇਰੇ ਹੁੰਦੇ ਨੇ ਤੇ ਨਾ ਪਸੰਦ ਕਰਨ ਵਾਲੇ ਵੀ ਬਥੇਰੇ ਹੁੰਦੇ ਨੇ ਦੋਵਾਂ ਨੂੰ ਦਿਲੋਂ ਪਿਆਰ ਆ ਦਿਲੋਂ ਲਵ ਯੂ ਆ ਤੇ ਵੀਰੇ ਆਪਾਂ ਕਿਸੇ ਨੂੰ ਚੰਗਾ ਮਾੜਾ ਕਹਿੰਦੇ ਨਹੀਂ ਨਾ ਆਪਾਂ ਕਿਸੇ ਨੂੰ ਧੱਕਾਸ਼ਾਹੀ ਕਰਦੇ ਜਿੰਨੇ ਵੀਰੇ ਦਿਲੋਂ ਪਿਆਰ ਕਰਨਾ ਉਹ ਕਰਦੇ ਹੀ ਕਰਦੇ ਆ ਤੇ ਜਿੰਨੇ ਨਹੀਂ ਕਰਨਾ ਉਹ ਨਹੀਂ ਕਰਦੇ ਅੱਜ ਆਪਾਂ ਸਿਰਫ ਤੁਹਾਨੂੰ ਆਹੀ ਦੱਸਣਾ ਸੀਗਾ ਬਾਕੀ ਜੇ ਕੋਈ ਬਲੌਗ 'ਚ ਚੰਗਾ ਮਾੜਾ ਹੁੰਦਾ ਹੋਵੇ ਤਾਂ ਵੀਰੇ ਮਾਫੀ ਬਾਕੀ ਤਾਂ ਮੈਂ ਫੈਮਿਲੀ ਦਾ ਬਲੌਗ ਹੀ ਸ਼ੂਟ ਕਰਦਾ ਹਾਂ ਆਪਣੇ ਘਰ ਦਾ ਦਾ ਸ਼ੂਟ ਕਰਦਾ ਤੁਹਾਨੂੰ ਕੋਈ ਵੀਰੇ ਸਾਡੇ ਬਲੌਗ ਤੋਂ ਦਿੱਕਤ ਜਾਂ ਕੋਈ ਪਰੇਸ਼ਾਨੀ ਹੋਵੇ ਤਾਂ ਉਹਦੇ ਲਈ ਦਿਲੋਂ ਮਾਫੀ ਤੇ ਤੁਸੀਂ ਸਾਡੇ ਬਲੌਗ ਨੂੰ ਇੱਤੈ ਪਿਆਰ ਕਰਦੇ ਰਹੋ ਸਪੋਰਟ ਕਰਦੇ ਰਹੋ ਆਪਾਂ ਇੱਤੈ ਹੀ ਕੰਮ ਆਪਦਾ ਕੈਰੀ ਆਨ ਰੱਖਾਂਗੇ ਇੱਕ ਦਿਨ ਛੱਡ ਕੇ ਤੇ ਅਗਲੇ ਦਿਨ ਨਵਾਂ ਬਲੌਗ ਲੈ ਕੇ ਆਪਾਂ ਆਇਆ ਕਰਾਂਗੇ ਰਾਤ ਨੂੰ ਬਲੌਗ ਸ਼ੂਟ ਹੁੰਦਾ ਕਿਉਂਕਿ ਆਪਣੀ ਸ਼ਿਫਟ ਪਲੈਨਿੰਗ ਹੁਣ ਚੇਂਜ ਐ ਇਸ ਕਰਕੇ ਵੀਰੇ ਥੋੜਾ ਲਾਈਟਿੰਗ ਦਾ ਇੰਤਜ਼ਾਮ ਕਰਨਾ ਪੈਂਦਾ ਐ ਇਸ ਕਰਕੇ ਵੀਰੇ ਪਸੀਨਾ ਜ਼ਿਆਦਾ ਆ ਜਾਂਦਾ ਕਿਉਂਕਿ ਇੰਦੀ ਵੀਰੇ ਹੀਟ ਬਹੁਤ ਜ਼ਿਆਦਾ ਹੁੰਦੀ ਐ ਤੇ ਇੰਦੀ ਰੋਸ਼ਨੀ ਇੰਨੀ ਹੁੰਦੀ ਨਹੀਂ ਇਸ ਕਰਕੇ ਵੀਰੇ ਇਹਦਾ ਲਾਣਾ ਪੈਂਦਾ ਐ ਮੈਂ ਮੈਸ ਲਾਈਨ 'ਚ ਨਵਾਂ ਮੈਨੂੰ ਕੋਈ ਐਕਸਪੀਰੀਅੰਸ ਨਹੀਂ ਐ ਇਸ ਕਰਕੇ ਮੇਰੇ ਤੋਂ ਜਿੰਨਾ ਵੀ ਬੈਸਟ ਹੋ ਰਿਹਾ ਮੈਂ ਬੈਸਟ ਦੇ ਰਿਹਾ ਤੁਸੀਂ ਹੁਣ ਦੱਸਣਾ ਵੀ ਤੁਸੀਂ ਤੁਹਾਨੂੰ ਇਹ ਕਿਵੇਂ ਲੱਗ ਰਿਹਾ ਐ ਵਧੀਆ ਲੱਗ ਰਿਹਾ ਐ ਇੰਜੋਏਮੈਂਟ ਹੋ ਰਿਹਾ ਐ ਐਂਟਰੇਨਮੈਂਟ ਹੋ ਰਿਹਾ ਐ ਨਹੀਂ ਹੋ ਰਿਹਾ ਐ ਏ ਮੈਨੂੰ ਨਹੀਂ ਪਤਾ ਮੈਂ ਆਪਦੇ ਵੱਲੋਂ 100% ਦੇ ਤੋੜਦੇ ਤੇ ਹੈ ਵੀ ਤੁਸੀਂ ਕਿਵੇਂ سپورਟ ਕਰਨੀ ਹੈ ਕਿਵੇਂ ਪਿਆਰ ਦੇਣਾ ਹੈ ਇਹ ਤੁਹਾਡੇ ਹੱਥ ਵਿੱਚ ਹੈ ਕਿਉਂਕਿ ਮੈਂ ਇਕੱਲਾ ਕੁਝ ਵੀ ਨਹੀਂ ਕਰ ਸਕਦਾ ਤੁਹਾਡੇ سپورਟ ਤੁਹਾਡੇ ਪਿਆਰ ਨਾਲ ਹੀ ਮੈਂ ਕੁਝ ਕਰ ਸਕਦਾ ਤੁਸੀਂ سپورਟ ਕਰੋਗੇ ਪਿਆਰ ਕਰੋਗੇ ਤਾਂ ਹੀ ਆਪਾਂ ਫਰਸ਼ਾਂ ਤੋਂ ਅਰਸ਼ਾਂ ਤੇ ਜਾਵਾਂਗੇ ਸੋ ਬਾਬਾ ਬਲੀ ਕਰੇ ਤੇ ਵੀਰੇ ਹੁਣ ਆਪਾਂ ਉਸ ਟਾਈਮ ਰੋਕ ਕੇ ਆਪਾਂ ਨਵਾਂ ਮਾਈਕ ਲੈ ਕੇ ਆਵਾਂਗੇ ਤੇ ਫਿਰ ਵੀਰੇੰਦਾ ਮੈਂ ਜੁਗਾੜ ਵੀ ਲਾ ਰੱਖਿਆ ਤਾਂ ਮੈਂ ਸਾਰਾ ਕੁਝ ਟ੍ਰੀਟਮੈਂਟ ਕਰ ਰੱਖਿਆ ਬਸ ਥੋੜਾ ਜਿਹਾ ਟਾਈਮ ਪੈ ਰਿਹਾ ਥੋੜਾ ਟਾਈਮ ਪੈ ਰਿਹਾ ਤੇ ਆਪਾਂ ਨਵਾਂ ਫਿਰ ਮਾਈਕ ਲੈ ਕੇ ਤੇ ਆਪਾਂ ਇਹਦੇ ਉੱਤੇ ਸੈੱਟ ਕਰਾਂਗੇ ਤੇ ਵੀਰੇ ਜਿਹੜਾ ਮੇਰਾ ਟ੍ਰਾਈਪੋਡ ਪਹਿਲੇ ਵਾਲਾ ਸੀ ਉਹ ਗਿਆ ਟੁੱਟ ਤੇ ਹੁਣ ਆਪਾਂ ਨਵਾਂ ਲੈ ਕੇ ਆਵਾਂਗੇ ਪਰ ਉਹਦੇ ਤੇ ਆਪਾਂ ਸਾਰਾ ਕੁਝ ਸੈੱਟ ਕਰਾਂਗੇ ਉਸ ਤੋਂ ਬਾਅਦ ਫਿਰ ਵੀਰੇ ਤੁਹਾਨੂੰ ਵੋਇਸ ਤਾਂ ਵੀ ਥੋੜਾ ਨੌਇਸ ਕੰਟਰੋਲ ਹੋ ਜੇਗੀ ਵੈਸੇ ਤਾਂ ਮੈਂ ਸਾਰਾ ਕੁਝ ਬੰਦ ਕਰਕੇ ਬੈਠਣਾ ਕਿ ਨੋਈ ਸਾਵੇ ਨਾ ਦੇਖੋ ਪੱਖਾ ਵੀ ਬੰਦ ਹੈ ਪਿੱਛੇ ਏਸੀ ਵੀ ਬੰਦ ਹੈ ਤਾਂ ਕਿ ਵਿੱਚ ਸ਼ੂ ਸ਼ੂ ਜਿਆਦਾ ਨਾ ਹੋਵੇ ਤੇ ਮੇਰੀ ਆਵਾਜ਼ ਤੁਹਾਨੂੰ ਕਲੀਅਰ ਆ ਸਕੇ ਇਸ ਕਰਕੇ ਵੀਰੇ ਮੈਂ ਸਾਰਾ ਕੁਝ ਬੰਦ ਕਰਕੇ ਬੈਠਣਾ ਜਦੋਂ ਮਾਈਕ ਆ ਗਿਆ ਫਿਰ ਕੋਈ ਦਿੱਕਤ ਨਹੀਂ ਹੁੰਦੀ ਨੌਇਸ ਕੰਟਰੋਲ ਕਰ ਲੂਗਾ ਸੋ ਜਿਹੜਾ ਬੋਇ ਦਾ ਮਾਈਕ ਮੈਂ ਲੈ ਕੇ ਆਇਆ ਸੀ ਕਿਸੇ ਕੰਮ ਦਾ ਨਹੀਂ ਆਇਆ ਉਹਨਾਂ ਦਾ ਤੇ थर्ड पार्टी ਐਪ ਯੂਜ਼ ਕਰਨਾ ਪੈਂਦਾ ਤੇ ਉਹ ਕਦੇ-ਕਦੇ ਰਿਕਾਰਡ ਕਰਦਾ ਤੇ ਕਦੇ-ਕਦੇ ਕਰਦਾ ਹੀ ਨਹੀਂ ਪੋਪਟ ਹੋ ਜਾਂਦਾ ਉਹ ਉੱਤੇ ਸੱਟਿਆ ਪਿਆ ਮੈਂ ਤੁਹਾਨੂੰ ਬੁਖਾਨਾ ਉੱਤੇ ਸੱਟਿਆ ਹੋਇਆ ਉਹਨੂੰ ਮੈਂ ਆਹ ਵੇਖੋ ਇਹਨੂੰ ਇੱਥੇ ਸੱਟਿਆ ਮੈਂ ਕਿਹੇ ਕੰਮ ਦਾ ਹੀ ਨਹੀਂਗਾ ਕੰਜਰ ਦਾ ਤੇ ਇਹਨੂੰ ਮੈਂ ਇੱਥੇ ਪਿਆ ਵੀ ਆਹ ਦਾ ਕਵਰ ਪਿਆ ਇੱਥੇ ਕੰਮ ਦਾ ਹੀ ਨਹੀਂਗਾ थर्ड पार्टी ਐਪ ਯੂਜ਼ ਕਰਨਾ ਪੈਂਦਾ ਤੇ ਇੱਥੇ ਵੀਰੇ ਐਵੇਂ ਗਾਰਡਮੈਂਟ ਲਾ ਕੇ ਉੱਥੇ ਮੈਂ ਬੈਠਾ ਸੀਗਾ ਇੱਥੇ ਰਿੰਗ ਲਾਈਟ ਲੱਗੀ ਸੀ ਤੇ ਹੁਣੇ ਦੁੱਧ ਗਰਮ ਕਰਕੇ ਹਟਿਆ ਸੀਗਾ ਮੈਂ ਦੁੱਧ ਗਰਮ ਹੋ ਗਿਆ ਫੇਰੇ ਮਲਾਈ ਮਿਲੇਗੀ ਤੇ ਆ ਆਲੂ ਬਣੇ ਪੈਣ ਲੱਗਦਾ ਤੇ ਭਾਬੀ ਕਹਿੰਦੇ ਮੈਂ ਬਣਾਏ ਨੇ ਬੈਂਗਣ ਤੇ ਬੈਂਗਣ ਮੈਨੂੰ ਲੱਭੇ ਨਹੀਂ ਕਿੱਧਰ ਗਈ ਆ ਕੀ ਇਹ ਤਾਂ ਦੁੱਧ ਦੇ ਤੇ ਆਪਨੇ ਟਿਫਨ ਦੀ ਅੰਦਰ ਚ ਸਬਜੀ ਹੈ ਮੈਂ ਖਾਧੀ ਨਹੀਂ ਅੱਜ ਤੇ ਯਾ ਸੀਟ ਜੀ ਬੈਠੇ ਨੇ ਭਾਬੀ ਤੇ ਵੀਰਾ ਤੁਹਾਨੂੰ ਪੁੱਛਣਾ ਸੀ ਦੱਸਣਾ ਸੀਗਾ ਵੀ ਤੁਹਾਨੂੰ ਇਹ ਵਲੋਗ ਕਿਵੇਂ ਲੱਗ ਰਿਹਾ ਕਿਵੇਂ ਨਹੀਂ ਲੱਗ ਰਿਹਾ ਇੰਜੋਇਮੈਂਟ ਹੋ ਰਿਹਾ ਜਾਂ ਨਹੀਂ ਹੋ ਰਿਹਾ ਤੇ ਵੀਰੇ ਇੰਜੋਇਮੈਂਟ ਹੋ ਰਿਹਾ ਵਧੀਆ ਲੱਗ ਰਿਹਾ ਤੇ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਜਰੂਰ ਦੱਸਿਆ ਜੀ ਤਾਂ ਕਿ ਮੈਂ ਆਪਦਾ ਬੈਸਟ ਦੇ ਸਕਾਂ ਤੇ ਤੁਸੀਂ ਸਾਡੇ ਵਲੋਗ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਸਪੋਰਟ ਦੇ ਰਹੇ ਹੋ ਤੇ ਸਾਡਾ ਵਲੋਗ ਵੇਖਦੇ ਹੋ ਤੇ ਸਬਸਕ੍ਰਾਈਬ ਵੀ ਕਰ ਦਿਆ ਕਰੋ ਯਾਰ ਜੇ ਜਿੰਨੇ ਸਾਡਾ ਹਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਵੀਰੇ ਉਹ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਤੇ ਪ੍ਰੈਸ ਕਰ ਲੋ ਕਿ ਤੁਹਾਨੂੰ ਸਾਡੀ ਉਹਨਾਂ ਲਈ ਵੀਡੀਓ ਨਾਲ ਨਾਲ ਮਿਲ ਸਕੇ ਤੇ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਵੀਰੇ ਵੀ ਤੁਹਾਨੂੰ ਇਹ ਵਲੋਗ ਕਿਵੇਂ ਦਾ ਲੱਗਿਆ ਕਿਵੇਂ ਦਾ ਨਹੀਂ ਤੇ ਜਿੰਨੇ ਸਾਡਾ ਇੰਸਟਾ ਅਕਾਊਂਟ ਹਲੇ ਤੱਕ ਫੋਲੋ ਨਹੀਂ ਕੀਤਾ ਵੀਰੇ ਉਹ ਵੀ ਫੋਲੋ ਕਰ ਲਿਓ ਤੇ ਸਾਡੇ ਇੰਸਟਾਗ੍ਰam ਅਕਾਊਂਟ ਦਾ ਨੇਮ ਸਕਰੀਨ ਤੇ ਆ ਰਿਹਾ ਹੈ ਤੁਸੀਂ ਸਰਚ ਕਰਕੇ ਇਹਨੂੰ ਫੋਲੋ ਕਰ ਸਕਦੇ ਹੋ ਤੇ ਇਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਵੀ ਹੈ ਉੱਥੋਂ ਜਾ ਕੇ ਵੀ ਤੁਸੀਂ ਇਹਨੂੰ ਫੋਲੋ ਕਰ ਸਕਦੇ ਹੋ ਸੋ ਹੁੰਦੇ ਲਈ ਟੇਕ ਕੇਅਰ